ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਰੀਅਨ ਕਿਚਨ ਦੇ ਵਿੱਚ। ਅੱਜ ਆਪਾਂ ਤੁਹਾਨੂੰ ਸੇਵੀਆਂ ਬਣਾ ਕੇ ਦਿਖਾਵਾਂਗੇ ਦੁੱਧ ਵਾਲੀਆਂ। ਉਹਦੇ ਲਈ ਮੈਂ ਕੌਲੀ ਇੱਕ ਸੇਵੀਆਂ ਦੀ ਲਈ ਆ, ਇੱਕ ਕੌਲੀ ਆਪਾਂ ਸ਼ੂਗਰ ਦੀ ਲਈ ਆ। ਤੁਸੀਂ ਵੱਧ ਘੱਟ ਕਰ ਸਕਦੇ ਆ ਆਪਣੇ ਹਿਸਾਬ ਨਾਲ, ਜੇ ਘੱਟ ਖਾਂਦੇ ਤਾਂ ਘੱਟ ਵੀ ਪਾ ਸਕਦੇ ਆ। ਥੋੜ੍ਹੀ ਜਿਹੀ ਮੈਂ ਸੌਗੀ ਲਈ ਆ, ਧੋ ਲਈ ਆ। ਡਰਾਈ ਫਰੂਟਸ ਵੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਪਾਉਣੇ ਤਾਂ, ਹੈ ਨਾ। ਥੋੜ੍ਹੇ ਜਿਹੇ ਕਾਜੂ ਬਦਾਮ ਪਿਸਤਾ ਲਿਆ ਆ, ਥੋੜ੍ਹੇ ਜਿਹੇ ਆਪਾਂ ਹਰੀਆਂ ਇਲਾਚੀਆਂ ਦੇ ਬੀਜ ਕੱਢ ਲਏ ਆ। ਇਹਨਾਂ ਨੂੰ ਆਪਾਂ ਫਿਰ ਦਰਦਰਾ ਪੀਸ ਲਵਾਂਗੇ ਅਤੇ ਫਿਰ ਇਹਦੇ 'ਚ ਪਾ ਲਵਾਂਗੇ। ਅਤੇ ਇੱਕ ਕੜਛੀ ਘਿਓ ਦੀ ਅਤੇ 1 ਲੀਟਰ ਦੁੱਧ ਲਿਆ ਆਪਾਂ। ਹੁਣ ਆਪਾਂ ਪਹਿਲਾਂ ਸੇਵੀਆਂ ਭੁੰਨੀਆਂ ਫਰਾਈਪੈਨ 'ਚ ਪਾ ਕੇ। ਇੱਕ ਕੜਛੀ ਆਪਾਂ ਘਿਓ ਦੀ ਪਾਈਏ ਇਹਦੇ 'ਚ ਸੇਵੀਆਂ ਭੁੰਨਣ ਲਈ। ਕੜਛੀ ਇੱਕ ਘਿਓ ਦੀ ਪਾਈ ਆਪਾਂ ਦੇਸੀ ਦੀ। ਬਟਰ ਆਪਣਾ ਮੈਲਟ ਹੋ ਗਿਆ, ਹੁਣ ਆਪਾਂ ਇਹਦੇ 'ਚ ਸੇਵੀਆਂ ਪਾ ਦਈਏ। ਸੇਵੀਆਂ ਚੰਗੀ ਤਰ੍ਹਾਂ ਗੋਲਡਨ ਬਰਾਊਨ ਕਰ ਲਈਏ, ਤੁਹਾਨੂੰ ਲੋ ਹੀਟ 'ਤੇ ਰੱਖਣੀਆਂ, ਜ਼ਿਆਦਾ ਗੈਸ ਨਹੀਂ ਕਰਨਾ, ਲੋ ਹੀਟ 'ਤੇ ਭੁੰਨਣੀਆਂ ਸੇਵੀਆਂ। ਸੇਵੀਆਂ ਆਪਣੀਆਂ ਗੋਲਡਨ ਬਰਾਊਨ ਹੋ ਗਈਆਂ, ਭੱਜ ਗਏ ਲੋਕ। ਹੁਣ ਆਪਾਂ ਇਹਦੇ 'ਚ ਦੁੱਧ ਪਾ ਦੇਣਾ, ਦੁੱਧ ਨੂੰ ਉਬਾਲਾ ਦੇਣ ਦੀ ਨਹੀਂ ਲੋੜ, ਆਪਾਂ ਦੁੱਧ ਠੰਡਾ ਹੀ ਪਾ ਦੇਣਾ ਇਹਦੇ 'ਚ। ਦੁੱਧ ਆਪਾਂ ਪਾ ਦੇਣਾ ਇਹਦੇ 'ਚ 2 ਲੀਟਰ ਦੁੱਧ ਲਿਆ। ਦੁੱਧ ਆਪਾਂ ਇਹਦੇ 'ਚ ਪਾ ਤਾ ਸਾਰਾ। ਹੁਣ ਇਹਨੂੰ ਆਪਾਂ 20-25 ਮਿੰਟ ਇਹਨੂੰ ਚੰਗੀ ਤਰ੍ਹਾਂ ਰਿੰਨਾਂਗੇ, ਦੁੱਧ ਨੂੰ ਉਬਾਲਾ ਵੀ ਆਊਗਾ ਹਜੇ। ਇਹਨੂੰ 25 ਮਿੰਟ ਆਪਾਂ ਰੱਖਦੇ ਹਾਂ ਦੁੱਧ ਨੂੰ, ਜਦੋਂ ਐਨ ਖੀਰ ਵਾਂਗੂ ਗਾੜੀ ਹੋ ਗਈ ਅਤੇ ਫਿਰ ਆਪਾਂ ਇਹਦੇ 'ਚ ਮਿੱਠਾ ਪਾਵਾਂਗੇ। ਜਦੋਂ ਅੱਧੀ ਰਿੱਝ ਗਈ ਤਾਂ ਫਿਰ ਆਪਾਂ ਇਹਦੇ 'ਚ ਪਾਵਾਂਗੇ ਡਰਾਈ ਫਰੂਟਸ ਜਿਹੜੇ ਹੈਗੇ ਆ, ਉਹਨਾਂ ਨੂੰ ਆਪਾਂ ਰੋਸਟ ਨਹੀਂ ਕਰਨਾ ਹੈਗਾ, ਰਿੱਝਦੀ ਸੇਵੀਆਂ 'ਚ ਹੀ ਪਾ ਦੇਣੇ ਆ। ਦੁੱਧ ਨੂੰ ਆਪਣੇ ਨੂੰ ਉਬਾਲਾ ਆ ਗਿਆ ਵਿੱਚੇ ਖੀਰ ਨੂੰ, ਇੱਦਾਂ ਹੁਣ ਰਿੱਝਦੀ, ਹੁਣ ਇਹਨੂੰ ਸਿਮ 'ਤੇ ਹੌਲੀ ਹੌਲੀ ਰਿੱਝਦੀ ਰਹਿਣ ਦੇਣਾ। ਹੁਣ ਇਹਨੂੰ ਨਾਲ ਇਹਨੂੰ ਹਿਲਾਈ ਜਾਣਾ, ਕਿਹਦੀਆਂ ਗੱਠੀਆਂ ਨਾ ਬੱਝ ਜਾਣ, ਸੇਵੀਆਂ ਇਕੱਠੀਆਂ ਨਾ ਹੋਣ, ਆਪਣੀਆਂ ਸੇਵੀਆਂ ਇਕੱਲੀਆਂ ਇਕੱਲੀਆਂ ਆ। ਹੁਣ ਇਹਨੂੰ 10 ਮਿੰਟ ਆਪਾਂ ਰਿੰਨਾਂਗੇ, ਫਿਰ ਆਪਾਂ ਇਹ 'ਚ ਡਰਾਈ ਫਰੂਟ ਪਾਵਾਂਗੇ। 10 ਮਿੰਟ ਹੋ ਗਏ ਆਪਣੀ ਸੇਵੀਆਂ ਰਿੱਝਦੀਆਂ ਨੂੰ, ਹੁਣ ਆਪਾਂ ਜਿਹੜੇ ਡਰਾਈ ਫਰੂਟ ਆ ਆਪਾਂ ਇਹਦੇ 'ਚ ਪਾ ਦੇਣੇ ਆ। ਬਦਾਮ ਕਾਜੂ ਜਿਹੜੇ ਮੈਂ ਕੁੱਟੇ ਬਰੀਕ ਕੱਟੇ ਹੋਏ ਆ, ਅਤੇ ਨਾਲੇ ਆਪਾਂ ਸੌਗੀ ਪਾ ਦੇਣੀ ਆ। ਸੌਗੀ ਧੋ ਕੇ ਲਈ ਆ, ਤੁਸੀਂ ਵੀ ਧੋ ਕੇ ਲਿਓ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਡਰਾਈ ਫਰੂਟ, ਤਾਂ ਰਹਿਣ ਵੀ ਸਕਦੇ ਹੋ। ਇਹਨਾਂ ਨੂੰ ਵੀ ਹੁਣ ਆਪਾਂ 10 ਮਿੰਟ ਕਰ ਲਈਏ, ਫਿਰ ਆਪਾਂ ਇਹਦੇ 'ਚ ਸ਼ੂਗਰ ਪਾਉਂਦੇ ਹਾਂ। 10 ਮਿੰਟ ਹੋ ਗਏ ਆਪਾਂ ਨੂੰ ਡਰਾਈ ਫਰੂਟ ਪਾਇਆ ਨੂੰ, ਹੁਣ ਆਪਾਂ ਜਿਹੜੀ ਸ਼ੂਗਰ ਆ ਆਪਾਂ ਉਹ ਵੀ ਇਹਦੇ 'ਚ ਪਾ ਦੇਣੀ ਆ, ਹੈ ਨਾ। ਤੁਸੀਂ ਸ਼ੱਕਰ ਵੀ ਪਾ ਸਕਦੇ ਹਾਂ ਇਹਦੇ 'ਚ, ਸ਼ੂਗਰ ਵੀ ਆਪਣੇ ਹਿਸਾਬ ਨਾਲ ਤੁਸੀਂ ਵੱਧ ਘੱਟ ਕਰ ਸਕਦੇ ਹਾਂ। ਮੈਂ ਆਪਣੇ ਹਿਸਾਬ ਨਾਲ ਪਾ ਲਿਓ, ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ, ਹੈ ਨਾ। ਹੁਣ ਸ਼ੂਗਰ ਪਾ ਕੇ ਵੀ ਇਹਨੂੰ ਆਪਾਂ 10 ਮਿੰਟ ਰੱਖਾਂਗੇ। 10 ਮਿੰਟ ਲੋ ਹੀਟ 'ਤੇ, ਮੀਡੀਅਮ ਲੋ 'ਤੇ ਮੈਂ ਰੱਖੀ ਆ, ਹੁਣ ਜ਼ਿਆਦਾ ਤੇਜ਼ ਨਹੀਂ ਕਰਨੀ, ਫਿਰ ਥੱਲੇ ਲੱਗ ਜਾਣੀ ਆ ਆਪਣੀ ਜਿਹੜੀ ਸੇਵੀਆਂ ਬਣਾਈਆਂ। 10 ਮਿੰਟ ਹੋ ਗਏ ਆਪਣੀ ਖੀਰ ਰਿੱਝਦੀ ਨੂੰ, ਸੇਵੀਆਂ ਨੂੰ, ਅਤੇ ਲੁਕ ਸੇਵੀਆਂ ਆਪਣੀਆਂ ਹੋ ਗਈਆਂ। ਜੇ ਤੁਹਾਨੂੰ ਲੱਗੇ ਵੀ ਸੇਵੀਆਂ ਥੋੜ੍ਹੀਆਂ ਸਖਤ ਲੱਗਦੀਆਂ ਆ, ਤਾਂ ਤੁਸੀਂ ਇਹ 'ਚ ਉਬਾਲਾ ਦੇ ਕੇ ਦੁੱਧ ਹੋਰ ਐਡ ਕਰ ਸਕਦੇ ਹਾਂ ਤੁਸੀਂ, ਪਰ ਆਪਣੀਆਂ ਸੇਵੀਆਂ ਠੀਕ ਆ, ਇੱਦਾਂ ਦੀਆਂ ਜਿਹੀਆਂ। ਸੌਗੀ ਆਪਣੀ ਐਨ ਫੁੱਲੀ ਪਈ ਆ, ਹੁਣ ਬਦਾਮ ਕਾਜੂ ਸਾਰੇ ਰੋਸਟ ਹੋ ਗਏ ਵਿੱਚ। ਹੁਣ ਆਪਾਂ ਐਂਡ 'ਤੇ ਇਹਦੇ 'ਚ ਪਾਵਾਂਗੇ ਜਿਹੜਾ ਇਲਾਇਚੀ ਪਾਊਡਰ ਪੀਸਿਆ ਹੋਇਆ ਆਪਾਂ, ਮੈਂ ਉਹਦੇ 'ਚ ਕੁੰਡੀ ਦੇ ਵਿੱਚ ਕਰ ਲਿਆ ਸੀ, ਜਿਹੜੇ 3-4 ਇਲਾਇਚੀਆਂ ਦਾ ਲਿਆ ਸੀਗਾ, ਆਪਾਂ ਸਾਰਾ ਇਹਦੇ 'ਚ ਪਾ ਦਵਾਂਗੇ, ਐਡ ਕਰ ਦੇਵਾਂਗੇ। ਹੁਣ ਆਪਾਂ ਗੈਸ ਕਰ ਦੇਣਾ ਇਹਦਾ ਬੰਦ, ਅਤੇ ਹੁਣ ਆਪਾਂ ਤੁਹਾਨੂੰ ਪਲੇਟ ਕਰਕੇ ਦਿਖਾਉਂਦੇ ਹਾਂ। ਲਓ ਜੀ, ਆਪਣੀਆਂ ਸੇਵੀਆਂ ਹੋਈਆਂ ਰੈਡੀ, ਆਪਾਂ ਡੈਕੋਰੇਟ ਕਰ ਲਈਆਂ, ਪਲੇਟ ਕਰ ਲਈ ਆ। ਤੁਸੀਂ ਵੀ ਬਣਾ ਕੇ ਦੇਖਿਓ, ਵਧੀਆ ਲੱਗੀ ਵੀਡੀਓ, ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ, ਥੈਂਕ ਯੂ ਵੈਰੀ।